ਮੈਨੂੰ ਲੱਗਦਾ ਕਿ ਬੇਫਿਕਰੀ ਆ ਜਿਹੜੀ ਉਹ ਜ਼ਿੰਦਗੀ ਦਾ ਐਡਾ ਖੂਬਸੂਰਤ ਗਹਿਣਾ ਆ। ਲਾਪਰਵਾਹੀ ਨਹੀਂ ਬੇਪਰਵਾਹੀ। ਜਿਹੜੇ ਬੇਫਿਕਰ ਜੇ ਫਕੀਰ ਆਦਮੀ ਉਹੀ ਮੈਨੂੰ ਲੱਗਦੇ ਅਮੀਰ ਆਦਮੀ। ਜੀ ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ, ਕਦੀ ਖੁਸ਼ਹਾਲ ਕਦੀ ਤੰਗ ਦੋਸਤੋ, ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ। ਸੋ ਜ਼ਿੰਦਗੀ ਬਹੁਤ ਸਾਰੇ ਰੰਗਾਂ ਦਾ ਸੁਮੇਲ ਹੈ। ਜਿਵੇਂ ਪਰਮਾਤਮਾ ਨੇ ਵੀ ਸੱਤ ਰੰਗ ਬਣਾਏ ਨੇ ਅਤੇ ਸਤਰੰਗੀ ਪੀਂਘ ਬਣਦੀ ਹੈ ਜਦੋਂ ਸਾਰਿਆਂ ਨੂੰ ਇਕੱਠੇ ਕਰਦੇ ਹੋ। ਮੈਂ ਜਦੋਂ ਤੁਸੀਂ ਪਰਪਲ ਅਤੇ ਪੀਲਾ ਬਣਾਉਂਦੇ ਹੋ ਤਾਂ ਬਰਾਊਨ ਹੋ ਜਾਂਦਾ, ਜਦੋਂ ਤੁਸੀਂ ਬਲੂ ਅਤੇ ਰੈੱਡ ਬਣਾਉਂਦੇ ਹੋ ਬਲੈਕ ਹੋ ਜਾਂਦਾ। ਸੋ ਇਹ ਜਿਹੜੀ ਜ਼ਿੰਦਗੀ ਦੇ ਕੰਬੀਨੇਸ਼ਨ ਨੇ, ਜਿਹੜਾ ਬੰਦਾ ਇਹਨਾਂ ਕੰਬੀਨੇਸ਼ਨ ਨੂੰ ਬਿਊਟੀਫੁਲੀ ਪੋਰਟਰੇ ਕਰ ਲੈਂਦਾ ਉਹ ਜ਼ਿੰਦਗੀ ਜਿਉ ਲੈਂਦਾ, ਬਾਕੀ ਕੰਮ ਚੱਲੀ ਜਾਂਦਾ, ਛਾਨਣਾ ਹੱਲੀ ਜਾਂਦਾ, ਜਿਹੜੇ ਕਰਦੇ ਹਾਏ ਹਾਏ USA ਆਏ ਨਾ ਆਏ ਸੀ। ਸੋ ਇਸ ਤਰ੍ਹਾਂ ਦੀਆਂ ਮਹਿਫਲਾਂ ਪਰਮਾਤਮਾ ਕਿਸੇ ਕਿਸੇ ਹੱਸਾਉਂਦਾ ਹੈ। ਜੀ ਸਬਰਾਂ ਦਾ ਗਹਿਣਾ ਡਾਢਾ ਮੁਸ਼ਕਿਲ ਹੁੰਦਾ ਉਸਦੀ ਕਰਨੀ ਵਿੱਚ ਰਹਿਣਾ, ਤੇਰਾ ਭਾਣਾ ਮਿੱਠਾ ਲਾਗੇ ਸੌਖਾ ਇਹ ਕਹਿਣਾ, ਜਿੱਥੇ ਬੁਰਕੀ ਮਿਲ ਗਈ ਜਾ ਕੇ ਉੱਥੇ ਹੀ ਬਹਿਣਾ, ਨੀਤ ਦਾ ਭੁੱਖਾ ਕਿਸੇ ਵੀ ਹੀਲੇ ਰੱਜ ਨਹੀਂ ਸਕਦਾ, ਲੇਖਾਂ ਕੋਲੋਂ ਕੋਈ ਵੀ ਬੰਦਾ ਭੱਜ ਨਹੀਂ ਸਕਦਾ ਅਤੇ ਬਿਨਾਂ ਖੁਸ਼ੀ ਤੋਂ ਢੋਲ ਅਤੇ ਵਾਜਾ ਵੱਜ ਨਹੀਂ ਸਕਦਾ। TV 'ਤੇ ਵੀ ਕਿਸੇ ਦੇ ਨਾਲ ਵਧੀਕੀ ਹੁੰਦੀ ਦੇਖੀ ਅਤੇ ਤੁਸੀਂ ਲਿਖਣਾ ਸ਼ੁਰੂ ਕਰਤਾ ਕਿ ਮੈਂ ਲਿਖਣਾ ਚਾਹੁੰਦਾ ਵਾਂ ਕੋਈ ਦਰਦ ਗਰੀਬਾਂ ਦਾ, ਜਿਨ੍ਹਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ। ਮੈਂ ਲਿਖਣਾ ਚਾਹੁੰਦਾ ਵਾਂ ਕੱਲਿਆਂ ਦਾ ਜੰਮਣਾ ਤੇ ਕੱਲਿਆਂ ਦਾ ਹੀ ਮਰਨਾ ਏ, ਇਹ ਦੁੱਖ ਤਕਲੀਫਾਂ ਨੂੰ ਕੱਲਿਆਂ ਨਹੀਂ ਜਲਣਾ ਏ। ਨਾ ਦੋਸਤ ਬਣਦੇ ਨੇ, ਨਾ ਦੋਸਤ ਬਣਦੇ ਨੇ, ਨਾ ਦੋਸਤ ਬਣਦੇ ਨੇ ਅਤੇ ਨਾ ਸਾਥ ਹਬੀਬਾਂ ਦਾ। ਮੈਂ ਲਿਖਣਾ ਚਾਹੁੰਦਾ ਵਾਂ ਕੋਈ ਦਰਦ ਗਰੀਬਾਂ ਦਾ। ਪਰ ਉਹ ਚੀਜ਼ਾਂ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਟੱਚ ਕਰਦੀਆਂ ਨੇ। ਪਰਮਾਤਮਾ ਕਿਸੇ ਨੂੰ ਭੁੱਖਾ ਨਾ ਸੜਾਵੇ, ਛੱਤ ਹੋਵੇ ਸਿਰ 'ਤੇ, ਬਾਕੀ ਇਹ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਕਿ ਅੱਛਾ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਤੋਂ ਮਰਸਡੀਜ਼ ਨਹੀਂ ਲੈ ਹੋਈ, ਮੈਂ BMW ਇਸ ਮਹੀਨੇ ਲੈਣੀ ਸੀ 6 ਮਹੀਨੇ ਲੇਟ ਹੋ ਗਈ, ਇਹ ਤਾਂ ਬਾਕੀ ਹੋਰ ਗੱਲਾਂ ਨੇ, ਚਲੋ ਹੋ ਹੀ ਜਾਊਗਾ। ਪਰ ਜਿਹੜੇ ਬੇਸਿਕਸ ਨੇ ਉਹਦਾ ਸ਼ੁਕਰਾਨਾ ਜੇ ਕਰ ਲਈਏ ਕਿ ਯਾਰ ਦੇਖ ਸਕਦੇ ਹਾਂ, ਸੁਣ ਸਕਦੇ ਹੋ, ਖਾ ਸਕਦੇ ਹੋ, ਕਿਸੇ ਨੂੰ ਮੁਹੱਬਤ ਕਰ ਸਕਦੇ ਹਾਂ, ਸਿਰ 'ਤੇ ਛੱਤ ਹੈਗੀ ਆ, 2 ਵਜੇ ਰੋਟੀ ਮਿਲਦੀ ਆ, ਛੱਡ ਮਾਲਕ ਅਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵੱਧ ਲੋਚੀ ਨਾ, ਔਖਾ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ, 2 ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ, ਅਰਜ਼ ਕਰੀ ਕਿ ਬਿਲਕੁਲ ਫੱਟੀ ਪੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵੱਧ ਲੋਚੀ ਨਾ।